ਨਿਰਮੋਦੀ ਨੇ ਹਾਂਗਕਾਂਗ ਦੇ ਵਿੱਚ ਗੁਪਤ ਰੱਖੀ ਸੀ 253 ਕਰੋੜ ਰੁਪਏ ਦੀ ਜਾਇਦਾਦ ਜਿੱਥੇ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜ਼ਬਤ ਕਰ ਲਈ ਹੈ ਨਿਰਮੋਦੀ ਦੀ ਸਾਰੀ ਜਾਇਦਾਦ ਜੀ ਹਾਂ ਪੰਜਾਬ ਨੈਸ਼ਨਲ ਬੈਂਕ ਦੇ 6498.2 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਅਤੇ ਧੋਖਾਧੜੀ ਦਾ ਹੈ ਇਹ ਸਾਰਾ ਦਾ ਸਾਰਾ ਮਾਮਲਾ ਸਤਿ ਸ਼੍ਰੀ ਅਕਾਲ ਜੀ ਮੈਂ ਇੰਤਿਆਜ਼ ਬਰਾੜ ਅਤੇ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ਈਡੀ ਨੇ ਹਾਂਗਕਾਂਗ ਦੇ ਵਿੱਚ ਗੁਪਤ ਰੱਖੀ ਗਈ ਨਿਰਮੋਦੀ ਗਰੁੱਪ ਆਫ ਕੰਪਨੀਆਂਜ਼ ਨੂੰ ਅਟੈਚ ਕਰ ਲਿਆ ਹੈ ਜਿੱਥੇ ਕਿ ਈਡੀ ਦੇ ਦੁਆਰਾ 30.98 ਮਿਲੀਅਨ ਡਾਲਰ ਅਤੇ ਹਾਂਗਕਾਂਗ ਦੇ ਅਮਰੀਕੀ ਡਾਲਰ 5.75 ਮਿਲੀਅਨ ਦੀ ਜਾਇਦਾਦ ਨੂੰ ਕੁਰਕ ਕਰ ਲਿਆ ਜੀ ਹਾਂ ਭਾਰਤੀ ਕਰੰਸੀ ਦੇ ਵਿੱਚ ਇਹ ਅੰਕੜਾ 253.62 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ ਇੱਕ ਕੰਪਨੀ ਹੀਰੇ ਅਤੇ ਗਹਿਣਿਆਂ ਦਾ ਕੰਮ ਕਰਦੀ ਸੀ ਅਤੇ ਇਸ ਕੰਪਨੀ ਦੇ ਸਾਰੇ ਖਾਤੇ ਵੀ ਈਡੀ ਨੇ ਸੀਲ ਕਰ ਦਿੱਤੇ ਨੇ ਜੀ ਹਾਂ ਈਡੀ ਨੇ ਇਸ ਮਾਮਲੇ ਦੇ ਵਿੱਚ ਆਪੀਸੀ ਦੀ ਧਾਰਾ 420 467 471 ਅਤੇ 120 ਬੀ ਦੇ ਤਹਿਤ ਪ੍ਰੇਸ਼ਤਾਚਾਰ ਰੋਕੂ ਕਾਨੂੰਨ ਦੇ ਤਹਿਤ ਮੁੰਬਈ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਹੋਈ ਹੈ ਇਸ ਤੋਂ ਲਾਵਾ ਦੱਸਦੀ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ 6498.20 ਕਰੋੜ ਰੁਪਏ ਦੀ ਮਨੀ ਲੌਂਡਰਿੰਗ ਅਤੇ ਧੋਖਾਧੜੀ ਦੇ ਉੱਪਰ ਵੀ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਈਡੀ ਪੀ ਐਮ ਐਲ ਏ ਦੇ ਤਹਿਤ 2396.45 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਕੁਰਕ ਕਰ ਚੁੱਕੀ ਹੈ ਈਡੀ ਨੇ ਨਿਰਮੋਦੀ ਅਤੇ ਉਸਦੇ ਸਾਥੀਆਂ ਦੀ 1399 ਕਰੋੜ ਰੁਪਏ ਦੀ ਜਾਇਦਾਦ ਵੀ ਪਹਿਲਾਂ ਹੀ ਕੁਰਕ ਕਰ ਲਈ ਹੈ ਤੇ ਭਗੌੜਾ ਜਿਹੜਾ ਇਕਰਾਰ ਦੇ ਦਿੱਤੇ ਜਾਣ ਤੋਂ ਪਹਿਲਾਂ ਦੀ ਜੇਕਰ ਗੱਲ ਕਰਾਂ ਤਾਂ ਪਗੋੜਾ ਆਰਥਿਕ ਅਪਰਾਧੀ ਐਕਟ 2018 ਦੇ ਤਹਿਤ ਨਿਰਮੋਦੀ ਖਿਲਾਫ ਮੁੰਬਈ ਦੇ ਵਿੱਚ ਮਾਮਲਾ ਦਰਜ ਕੀਤਾ ਹੋਇਆ ਹੈ ਈਡੀ ਦੇ ਵੱਲੋਂ ਨਿਰਮੋਦੀ ਨੂੰ ਲੰਡਨ ਤੋਂ ਭਾਰਤ ਲਿਆਉਣ ਦੇ ਵੀ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਨੇ ਇਸ ਤੋਂ ਲਾਊਡਾਸ ਦੀ ਏਕੀ ਬਿਆਨ ਦੇ ਮੁਤਾਬਕ ਕਿ ਈਡੀ ਨੇ ਜਾਂਚ ਦੇ ਦਰਮਿਆਨ ਦੇਖਿਆ ਕਿ ਨਿਰਮੋਦੀ ਗਰੁੱਪ ਦੀਆਂ ਕੰਪਨੀਆਂਜ਼ ਨੇ ਆਪਣੀਆਂ ਕੁਝ ਜਾਇਦਾਦ ਨੂੰ ਰਤਨ ਅਤੇ ਗਹਿਣਿਆਂ ਦੇ ਨਾਲ ਰੂਪ ਦੇ ਵਿੱਚ ਹਾਂਗਕਾਂਗ ਦੇ ਇੱਕ ਪ੍ਰਾਈਵੇਟ ਲੋਕਰ ਦੇ ਵਿੱਚ ਰੱਖਿਆ ਹੋਇਆ ਹੈ ਇਸ ਦੇ ਨਾਲ ਹੀ ਏਜੰਸੀ ਨੂੰ ਉੱਥੇ ਕੁਝ ਗੁਪਤ ਬੈਂਕ ਖਾਤਿਆਂ ਦੇ ਬਾਰੇ ਵਿੱਚ ਵੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਈਡੀ ਨੇ ਇਹ ਗੁਪਤ ਜਾਇਦਾਦ ਜ਼ਬਤ ਕਰ ਲਈ ਹੈ ਜ਼ਿਕਰਯੋਗ ਹੈ ਕਿ ਈਡੀ ਨੇ ਹੁਣ ਤੱਕ ਨਿਰਮੋਦੀ ਦੀ ਕੁੱਲ 2650.7 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਜ਼ਿਕਰ ਹੈ ਯੋਗ ਹੈ ਕਿ ਪੰਜਾਹ ਸਾਲ ਦਾ ਨਿਰਮੋਦੀ ਮੌਜੂਦਾ ਸਮੇਂ ਦੇ ਵਿੱਚ ਬ੍ਰਿਟੇਨ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਹੈ ਨਿਰਮੋਦੀ 2 ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਦੇ ਧੋਖਾਧੜੀ ਮਾਮਲੇ ਦਾ ਦੋਸ਼ੀ ਹੈ ਅਤੇ ਇਸ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ ਭਾਰਤ ਸਰਕਾਰ ਨਿਰਮੋਦੀ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਦੂਸਰੇ ਪਾਸੇ ਨਿਰਮੋਦੀ ਨੇ ਲੰਡਨ ਦੀ ਹਾਈ ਕੋਰਟ ਦੇ ਵਿੱਚ ਮਾਨਸਿਕ ਸਿਹਤ ਦੇ ਆਧਾਰ ਦੇ ਉੱਪਰ ਆਪਣੀ ਹਵਾਲਗੀ ਦੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ ਹਾਈ ਕੋਰਟ ਇਸ ਮਾਮਲੇ ਦੇ ਵਿੱਚ ਅਕਤੂਬਰ ਵਿੱਚ ਦੋ ਮਨੋਵਿਗਿਆਨਕ ਮਾਹਿਰਾਂ ਦੀ رائے ਲੈ ਕੇ ਕੇਸ ਦਾ ਫੈਸਲਾ ਸੁਣਾ ਦੇਵੇਗੀ ਅਤੇ ਜੇਕਰ ਨੀਰਵ ਮੋਦੀ ਹਾਈ ਕੋਰਟ ਦੇ ਵਿੱਚ ਇਹ ਕੇਸ ਜਿੱਤ ਜਾਂਦਾ ਹੈ ਤਾਂ ਉਸ ਦੀ ਹਵਾਲਗੀ ਦੇ ਉੱਪਰ ਰੋਕ ਵੀ ਲੱਗ ਸਕਦੀ ਹੈ ਫਿਲਹਾਲ ਭਾਰਤ ਸਰਕਾਰ ਮੋਦੀ ਦੀ ਹਵਾਲਗੀ ਦੇ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਰ ਆਉਣ ਵਾਲੇ ਵਕਤ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਐਕਸ਼ਨ ਲਏ ਜਾਂਦੇ ਨੇ ਅਤੇ ਕਿਵੇਂ ਇਸ ਪੂਰੇ ਮਾਮਲੇ ਦੇ ਵਿੱਚ ਜਾਇਦਾਦਾਂ ਕੁਰਕ ਕਰਨ ਤੋਂ ਬਾਅਦ ਆਖਿਰਕਾਰ ਜਿਹੜਾ ਮੇਨ ਦੋਸ਼ੀ ਹੈ ਅਤੇ ਉਸ ਦੇ ਦੋਸ਼ ਜਾਂ નિર્ਦੋਸ਼ ਦੇ ਦਰਮਿਆਨ ਦੀ ਇਹ ਜਿਹੜੀ ਤਾਣੇ ਬਾਣੀ ਦੀ ਸਿਚੁਏਸ਼ਨ ਹੈ ਇਸ ਦੇ ਬਾਰੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਨਵੈਸਟੀਗੇਸ਼ਨ ਆਪਣੀ ਆਖਰੀ ਅੰਜਾਮ ਤੱਕ ਪਹੁੰਚਦੀ ਹੈ ਅਤੇ ED ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ ਇਸ ਦੇ ਉੱਪਰ ਸਾਰਿਆਂ ਦੀਆਂ ਨਜ਼ਰਾਂ ਲਗਾਤਾਰ ਬਣਿਆ ਹੋਈਆਂ ਨੇ ਤਾ ਇਸ ਦੇ ਨਾਲ ਹੀ ਇਮਤiaz ਬਰਾਨੋ ਦਿਓ ਇਜਾਜ਼ਤ ਸਾ ਸ੍ਰੀ ਕਾ